ਬੱਚਿਓ, ਇੰਤਜ਼ਾਰ ਦੀਆਂ ਕੜੀਆਂ ਖਤਮ। ਪੇਸ਼ ਹੈ ਤੁਹਾਡੇ ਲਈ ਪੰਜਾਬ ਦੀ ਨੰਬਰ 1 ਟੀਚਰ। ਉਹਨਾਂ ਦਾ ਜ਼ੋਰਦਾਰ ਤਾੜੀਆਂ ਨਾਲ ਸਵਾਗਤ ਕਰੋ, ਮਿਸਿਜ਼ ਅੰਗਰੇਜ਼ ਕੌਰ। ਗੁੱਡ ਮਾਰਨਿੰਗ ਮੈਡਮ ਜੀ। ਗੁੱਡ ਮਾਰਨਿੰਗ ਕੀ ਹੁੰਦਾ? ਜੈ ਹਿੰਦ ਬੋਲੋ। ਹਮੇਸ਼ਾ ਆਪਣਾ ਦੇਸ਼, ਆਪਣੀ ਮਿੱਟੀ, ਆਪਣੀ ਬੋਲੀ, ਆਪਣਾ ਸੱਭਿਆਚਾਰ ਪੜ੍ਹਨਾ ਚਾਹੀਦਾ ਹੈ, ਇਸੇ ਨੂੰ ਪਹਿਲ ਦੇਣੀ ਚਾਹੀਦੀ ਹੈ। ਬੋਲੋ ਜੈ ਹਿੰਦ। ਮੈਡਮ ਜੀ ਮੈਂ ਜਾਵਾਂ? ਜਾਓ ਜੀ, ਹੋਰ ਕੀ, ਮੈਂ ਤੇਰਾ ਚਾਹ ਪਾਉਣਾ। ਤੈਨੂੰ ਕੀ ਸੱਪ ਸੁੰਘਿਆ ਮੋਟਿਆ ਜਾ? ਮੈਂ ਤੈਥੋਂ ਨੀ ਜੈ ਹਿੰਦ ਬੋਲਿਆ ਜਾਂਦਾ। ਮੈਡਮ ਬਜ਼ੁਰਗਾਂ ਨੂੰ ਨਾ ਉਠਾਓ, ਇਹਨਾਂ ਦਾ ਗੋਡਿਆਂ ਦਾ ਹੁਣੀ ਹੁਣੀ ਆਪਰੇਸ਼ਨ ਹੋਇਆ। ਅੱਛਾ, ਇਹਦਾ ਤਾਂ ਗੋਡੇ ਦਾ ਹੋਇਆ ਆਪਰੇਸ਼ਨ, ਤੇ ਤੂੰ ਆਪਣੀ ਜਵਾਨ ਨੂੰ ਟੰਕਾ ਲਵਾ ਲੈ। ਤੂੰ ਕਿਸ ਆਏ ਓਏ? ਆ ਫੋਨ ਨੂੰ ਚੰਬੜਿਆ ਹੋਇਆ? ਮੈਂ ਤਾਂ ਸਨੈਪਚੈਟ ਪਾਈ ਹੈ ਨਾ ਜੀ। ਅੱਛਾ ਅੱਛਾ, ਮੈਨੂੰ ਪਹਿਲਾਂ ਨਹੀਂ ਦੱਸਿਆ। ਲੈ ਫਿਰ ਐਂ ਕਰੀ, ਟਿਕਟੋਕ ਤੇ ਚੜਾ ਦੀ। ਠੀਕ ਹੈ ਜੀ। ਫਿਲਟਰ ਲਾਉਣਾ ਨਾ ਭੁੱਲੀ। ਲਓ ਜੀ, ਜਿਵੇਂ ਸਿਆਣੇ ਕਹਿੰਦੇ ਨੇ, ਬੁੱਢੀ ਘੋੜੀ ਲਾਲ ਲਗਾਮ, ਬਜ਼ੁਰਗ ਔਰਤ ਲਾਲ ਲਿਪਸਟਿਕ, ਬੜੀਆਂ ਚ ਪੈਰ, ਅੱਲਾ ਕਰੇ ਖੈਰ। ਦੱਬ ਕੇ ਲਾਈਕ ਕਰੋ, ਸ਼ੇਅਰ ਕਰੋ, ਸਬਸਕ੍ਰਾਈਬ ਕਰੋ। ਬਦਤਮੀਜ਼, ਖੜਾ ਹੋ, ਇੱਕ ਲੱਤ ਤੇ ਖੜਾ ਹੋ ਜਾ ਬਾਹਰ ਜਾ ਕੇ। ਤੂੰ ਓਏ, ਤੂੰ ਦੰਦ ਕੱਢਿਆ? ਇਹਦੀ ਬੇਇੱਜ਼ਤੀ ਤੇ ਹੱਸਣਾ, ਤੇਰੀ ਵਾਰੀ ਵੀ ਆਈ ਲੈ। ਚਲੋ ਸਾਰੇ ਜਾਣੇ ਆਪਣੇ ਝੋਲੇ ਖੋਲੋ ਤੇ ਅੰਗਰੇਜ਼ੀ ਦੀਆਂ ਕਾਪੀਆਂ ਕੱਢੋ। ਝੋਲਾ ਇਹ ਆਈਲੈਂਡਸ ਦੀ ਕਲਾਸ ਹੈ ਮੈਮ ਜੀ। ਪਤਾ ਹੋਣਾ ਚਾਹੀਦਾ, 25 ਸਾਲ ਮੈਂ DPS ਸਕੂਲ ਦੀ ਹੈਡਮਾਸਟਰ ਰਹੀ ਹਾਂ। ਤੂਰੀ ਪਬਲਿਕ ਸਕੂਲ। ਹੈਲੋ, ਤੁਹਾਡੀ ਜਾਣਕਾਰੀ ਲਈ ਦੱਸਦੇ ਹਾਂ, ਤੂਰੀ ਪਬਲਿਕ ਸਕੂਲ ਸਾਡੇ ਇਲਾਕੇ ਦਾ ਰਿਕਾਰਡ ਬ੍ਰੇਕਿੰਗ ਸਕੂਲ ਹੈ। ਲਿਫਾਫੇ ਜਿੰਨੀ ਵੀ ਉਤਰਨੀ। ਖੜਾ ਜਾ, ਖੜਾ ਹੋ ਜਾ, ਖੜਾ। ਇਕਲਾ ਮੈਡਮ ਜੀ, ਲੱਗਦਾ ਤੁਸੀਂ ਮੇਰੇ ਬਾਈ ਨੂੰ ਨੀ ਜਾਣਦੇ। ਬਾਈ? ਇਹਨੂੰ ਵੀ ਨਾਲੇ ਲੈ ਜਾ, ਨਾਲੇ ਖੜਾ ਕਰ ਲੈ ਇਹਨੂੰ। ਮੈਂ ਨੀ ਜਾਣਦਾ ਕਿਸੇ ਬਾਈ ਬੁਈ ਨੂੰ। ਜਾਓ ਧੋਖੇਬਾਜ਼ਾ। ਦੇਖੋ, ਅੰਗਰੇਜ਼ੀ ਸਿੱਖਣੀ ਇੰਨੀ ਔਖੀ ਨੀ ਜਿੰਨੀ ਤੁਸੀਂ ਬਣਾਈ ਹੋਈ ਹੈ। ਪੰਜਾਬੀ ਚ ਇੱਕ ਵਾਕ ਸੋਚੋ ਤੇ ਅੰਗਰੇਜ਼ੀ ਦੀ ਲਾਈਨ ਬਣਾ ਦਿਓ। ਚੱਲ ਤੂੰ ਬਣਾ ਕੋਈ ਵਾਕ। ਦਰਦ ਹਲਕਾ ਹੈ, ਸਾਂਸ ਭਾਰੀ ਹੈ, ਜੀਏ ਜਾਣੇ ਕੀ ਬਸ ਰਸਮ ਜਾਰੀ ਹੈ। ਓਹੋ ਸਿਆਪਾ, ਡਾਕਟਰ ਕੋਲੇ ਜਾ, ਤੈਨੂੰ ਤਾਂ ਕੋਈ ਬਿਮਾਰੀ ਹੈ। ਤੈਨੂੰ ਕੀ ਦੁੱਖ ਹੈ? ਦੁੱਖ ਬੋਲ ਕੇ ਜੇ ਦੱਸਿਆ ਤਾਂ ਕੀ ਦੱਸਿਆ। ਬਟਾਰ ਰਾਂਝਾ, ਬੁਲਾਉਂਦੀ ਆ ਮੈਂ ਤੇਰੀ ਮਾਂ ਨੂੰ, ਦੱਸਦੀ ਆ ਉਹਨੂੰ ਕੀ ਕਰਤੂਤਾਂ ਕਰਦੇ ਨੇ ਇੱਥੇ। ਮੈਡਮ ਜੀ, ਇਹਦੀ ਮਾਂ ਨੂੰ ਦੱਸਣ ਨਾ 25 ਲੱਖ ਲੱਗ ਜੂ। 25 ਲੱਖ? 25 ਲੱਖ? ਉਹ ਕਿਵੇਂ? ਉਹ ਮੈਡਮ ਜੀ, ਇਹਦੀ ਨਾ ਮਾਂ ਬਾਹਰ ਰਹਿੰਦੀ ਆ ਆਸਟ੍ਰੇਲੀਆ ਚ, ਇਸ ਲਈ ਇੰਨਾ ਕੁ ਤਾਂ ਲੱਗ ਹੀ ਜੂ। ਉਹ ਛਤਰ ਮੁਰਗ ਜਾ ਜਿਹੜਾ ਫੋਨ ਨੂੰ ਚੰਪੜਿਆ ਨਾ, ਇਹਨੂੰ ਪੁੱਛ ਲੈ, 50 ਰੁਪਏ ਚ 2 ਘੰਟੇ ਗੱਲ ਹੋ ਜਾਂਦੀ ਹੈ।
ਉਹ ਮੁੱਛਾਂ ਚ ਉਲਝ ਜਾ ਇਨਸਾਨ, ਚੱਲ ਉੱਥੇ ਜਾ ਕੇ ਖੜਾ ਹੋ ਜਾ ਤੇ ਨਾਲ ਪੰਕਜ ਉਦਾਸ ਨੂੰ ਵੀ ਲੈ ਜਾ। ਮੇਰੇ ਬੰਨੇ ਸਿਲੇ ਸਿਲੇ ਹਵਾ ਛੱਡੀ ਹੈ।